ਦੇਖੋ ਪਹਿਲੀ ਤਾਂ ਗੱਲ ਹੈ ਕਿ ਮੇਰੇ ਬੜੇ ਮਿੱਤਰ ਨੇ ਸਾਰੇ ਬੜੇ ਪੁਰਾਣੇ, ਅਤੇ ਮੈਂ ਉਹਨਾਂ ਦੀ ਕਦਰ ਵੀ ਕਰਦਾ। ਪਰ ਦੂਸਰੀ ਗੱਲ ਕਿ ਉਹ ਅੱਜ ਪੰਜ ਪਿਆਰਿਆਂ ਦਾ ਦਰਜਾ ਨਹੀਂ ਰੱਖਦੇ। ਚਲੋ ਉਹ ਪੰਜ ਪਿਆਰਿਆਂ ਦੇ ਤੌਰ 'ਤੇ ਵਿਚਰ ਰਹੇ ਆ, ਉਹ ਉਹਨਾਂ ਦੀ ਮਰਜ਼ੀ ਹੈ। ਪਰ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਇਹ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਅਵਾ ਕਰਦੇ। ਹੁਣ ਤੁਸੀਂ ਇੱਕ ਬੰਨੇ 'ਤੇ ਕਹੋ ਇਹ ਜਿੰਨੇ ਸਿੰਘ ਨੇ, ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਅਤੇ ਦੂਜੇ ਬੰਨੇ ਬਾਬਾ ਜਰਨੈਲ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣ ਵਾਲੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਨਹੀਂ ਕਰ ਰਿਹਾ ਕੇਜਰੀਵਾਲ, ਤਾਂ ਕੇਜਰੀਵਾਲ ਵੀ ਜਿੰਦਾਬਾਦ। ਹੁਣ ਇੱਕ ਬੰਨੇ 'ਤੇ ਤੁਸੀਂ ਬਾਬਾ ਜਰਨੈਲ ਸਿੰਘ ਜਿੰਦਾਬਾਦ ਕਹਿ ਰਹੇ, ਅਤੇ ਦੂਸਰੇ ਬੰਨੇ ਪੰਥ ਦੇ ਵਿਰੋਧ 'ਚ ਖੜੋਤਾ ਹੋਇਆ ਜਿਹੜਾ 29 ਸਾਲ ਤੋਂ ਜੇਲ੍ਹ 'ਚ ਬੰਦ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਅਤੇ ਉਹਦੇ ਵਿਰੋਧ 'ਚ ਖੜੋਤਾ ਹੋਇਆ ਕੇਜਰੀਵਾਲ ਜਿੰਦਾਬਾਦ, ਦੇ ਦੋਵੇਂ ਕਿਵੇਂ ਹੋ ਸਕਦੇ ਆ? ਉਹ ਅੱਜ ਕਹੀ ਜਾਣ ਕਿ ਅਸੀਂ ਸਮਰਥਨ ਨਹੀਂ ਕੀਤਾ। 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ, ਉਸ ਸਮੇਂ ਦੀਆਂ ਮੀਡੀਆ ਦੀਆਂ ਖਬਰਾਂ ਭਰੀਆਂ ਪਈਆਂ ਸੀ ਕਿ ਕੇਜਰੀਵਾਲ ਨੂੰ ਪੰਜ ਪਿਆਰਿਆਂ ਨੇ ਸਮਰਥਨ ਦਿੱਤਾ। ਆ ਇੱਕ ਆਪਣੇ ਆਪ ਨੂੰ ਸੱਜਣ ਪੱਤਰਕਾਰ ਹੀ ਕਹਾਉਂਦਾ ਹੈ, ਜਾਂ ਪੱਤਰਕਾਰ ਕਹਿ ਲਓ ਜਾਂ ਕੁਛ ਕਹਿ ਲਓ, ਇਹਦੀ 31 ਜਨਵਰੀ 2017 ਦੀ ਇਹ ਪੋਸਟ ਹੈ, ਅੱਜ ਤੋਂ 7 ਸਾਲ ਪਹਿਲਾਂ ਦੀ। ਇਹ ਪੋਸਟ ਕੀ ਹੈ ਕਿ ਪੰਜ ਪਿਆਰੇ ਸਾਹਿਬਾਨ ਨੇ ਵੀ ਦਿੱਤਾ ਅਰਵਿੰਦ ਕੇਜਰੀਵਾਲ ਜੀ ਨੂੰ ਸਮਰਥਨ। ਹੁਣ ਅਰਵਿੰਦ ਕੇਜਰੀਵਾਲ ਤਾਂ ਹੋ ਗਿਆ ਜੀ, ਅਤੇ ਜਿਹੜਾ ਸਾਡੇ ਘਰ ਦਾ ਜੀ 29 ਸਾਲ ਤੋਂ ਜੇਲ੍ਹ 'ਚ ਬੰਦ ਹੈ, ਪੰਥ ਦੇ ਘਰ ਦਾ ਜੀ 29 ਸਾਲ ਤੋਂ ਬੰਦ ਹੈ, ਉਹਦਾ ਵਾਲੀਵਰਸ ਕੌਣ ਹੈ? ਮਤਲਬ ਸਿੱਧਾ ਜਿਹਾ ਸਵਾਲ ਜੇ ਅਸੀਂ ਕੀਤਾ ਸੀ, ਸਾਡਾ ਸਵਾਲ ਇਹ ਸੀਗਾ ਕਿ ਭਾਈ ਤੁਸੀਂ ਕੇਜਰੀਵਾਲ ਦੇ ਮਹਿਤੀ ਜੇ, ਤੁਸੀਂ ਹਮਾਇਤ ਕੀਤੀ, ਅਤੇ ਫਿਰ 7 ਸਾਲਾਂ ਤੋਂ ਔਰ ਖਾਸ ਕਰਕੇ 2018 ਤੋਂ ਜਦੋਂ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਬਣ ਕੇ ਕੇਜਰੀਵਾਲ ਦੇ ਟੇਬਲ 'ਤੇ ਪਈ ਹੈ, ਅਤੇ ਕੇਜਰੀਵਾਲ ਦਸਖਤ ਨਹੀਂ ਕਰ ਰਿਹਾ, ਵਾਰ ਵਾਰ ਉਹਨੂੰ ਪੈਂਡਿੰਗ ਕਰ ਰਿਹਾ ਹੈ ਜਾਂ ਆਨਾਕਾਨੀ ਕਰ ਰਿਹਾ ਹੈ, ਤਾਂ ਤੁਸੀਂ ਭਾਈ ਉਹਦੇ ਸਮਰਥਕ ਜੇ ਉਹ ਤੋਂ ਕਰਵਾ ਦਿਓ। ਤੁਹਾਡਾ ਤਾਂ ਏਜੰਡਾ ਹੀ ਹੋਣਾ ਚਾਹੀਦਾ, ਤੁਸੀਂ ਤਾਂ ਪੰਥਕ ਸੋਚ ਵਾਲੇ ਜੇ, ਤੁਸੀਂ ਉਹ ਵੀ ਨਹੀਂ ਕਰਵਾਇਆ। ਅਤੇ ਦੂਜਾ ਸਵਾਲ ਸੀਗਾ ਕਿ ਉਹਦਾ ਕਿਸ ਆਧਾਰ 'ਤੇ ਤੁਸੀਂ ਸਮਰਥਨ ਕੀਤਾ ਸੀ, ਉਹ ਵੀ ਦੱਸ ਦਿਓ। ਹਾਂਜੀ, ਤੁਸੀਂ ਕਹਿੰਦੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕੀਤੀ ਸੀ, ਉਹਨੇ ਕੀਤੀ ਨਹੀਂ। ਹਾਂਜੀ, ਇੱਥੇ ਤਾਂ ਚਲੋ 22 'ਚ ਸਰਕਾਰ ਬਣੀ, ਉੱਥੇ ਤਾਂ 2017 'ਚ ਵੀ ਉਹਦੀ ਸਰਕਾਰ ਸੀਗੀ। ਹਾਂਜੀ, ਅਤੇ ਜੇ 2017 ਤੋਂ ਲੈ ਕੇ 22 ਤੱਕ ਉਹਨੇ ਨਹੀਂ ਕੀਤੀ,
ਤੁਸੀਂ ਕਿਸੇ ਸਮੇਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਅਸੀਂ ਤੇਰਾ ਸਮਰਥਨ ਕੀਤਾ ਸੀਗਾ ਤਾਂ ਤੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਨਹੀਂ ਕੀਤਾ ਅਤੇ ਅਸੀਂ ਤੇਰੇ ਵਿਰੋਧ 'ਚ ਖੜਾਂਗੇ? ਤੁਸੀਂ ਅੱਜ ਪਹਿਲੇ ਦਿਨ ਬੋਲੇ ਜੇ ਜਦੋਂ ਤੁਹਾਡੀ ਦੁੱਖ ਦੀ ਰਗ ਦੇ ਉੱਤੇ ਹੱਥ ਧਰਿਆ ਗਿਆ। ਦੂਜਾ ਜਵਾਬ ਸਵਾਲ ਸੀਗਾ ਕਿ ਨਿੱਕੀ ਨਿੱਕੀ ਗੱਲ 'ਤੇ ਤੁਸੀਂ ਕਿੰਤੂ ਪਰੰਤੂ ਕਰਦੇ ਜੇ, ਜਿਹਦੇ 'ਤੇ ਮਰਜ਼ੀ ਕਰੋ ਤੁਹਾਡਾ ਅਧਿਕਾਰ ਹੈ। ਜਿਹੜੀ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੇ ਮੌਕੇ 'ਤੇ ਗੁਰਦੁਆਰਾ ਸ਼੍ਰੀ ਅਕਾਲ ਗੁੰਗਾ ਦੇ ਵਿੱਚ 23 ਨਵੰਬਰ ਨੂੰ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਹਜ਼ਾਰਾਂ ਦੀ ਤਾਦਾਦ 'ਚ ਪੁਲਿਸ ਜੁੱਤੀਆਂ ਸਮੇਤ ਦਾਖਲ ਹੋਈ, ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ, ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਜਿਹਦੇ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਵੀ ਖੰਡਿਤ ਹੋਇਆ। ਇਹ ਪੰਜ ਪਿਆਰੇ ਬੋਲੇ ਹੁਣ ਤਾਂ ਦੱਸ ਦਿਨ, ਇਸ ਕਰਕੇ ਨਹੀਂ ਬੋਲੇ ਕਿ ਇਹਨਾਂ ਦੀ ਸਾਂਝ ਆਮ ਆਦਮੀ ਪਾਰਟੀ ਨਾਲ ਹੈ, ਇਹਨਾਂ ਦੀ ਸਾਂਝ ਕੇਜਰੀਵਾਲ ਨਾਲ ਹੈ ਅਤੇ ਭਗਵੰਤ ਮਾਨ ਕੇਜਰੀਵਾਲ ਦਾ ਪਿਆਦਾ ਉਹਦੇ ਵਿਰੁੱਧ ਬੋਲ ਹੀ ਨਹੀਂ ਸਕਦੇ, ਕਿਉਂਕਿ ਜਿਨ੍ਹਾਂ ਦੀ ਕੇਜਰੀਵਾਲ ਦੇ ਨਾਲ ਸਾਂਝ ਹੈ ਉਹ ਪੰਜਾਬ ਸਰਕਾਰ ਦੇ ਵਿਰੁੱਧ ਬੋਲ ਨਹੀਂ ਸਕਦੇ। ਹਾਂਜੀ, ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ, ਮੈਂ ਅਸੀਂ ਕੋਈ ਗਲਤ ਗੱਲ ਨਹੀਂ ਕੀਤੀ, ਅਸੀਂ ਸਵਾਲ ਉਠਾਏ ਹੈ। ਬਾਕੀ ਠੀਕ ਹੈ ਕਿ ਮੇਰੇ ਕਰਕੇ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ, ਹਾਂਜੀ ਉਹ ਮੈਂ ਜਾਣਾ ਜਾਂ ਮੇਰੀ ਪਾਰਟੀ ਜਾਣੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਣੇ, ਉਹ ਵੀ ਸਾਰਿਆਂ ਦਾ ਸਾਂਝਾ ਆ। ਪਰ ਤੁਸੀਂ ਤਾਂ ਅਕਾਲੀ ਦਲ ਨੂੰ, ਹਾਂਜੀ ਅਕਾਲੀ ਦਲ ਦੀਆਂ ਜੜ੍ਹਾਂ 'ਚ ਤੇਲ ਦੇਣ ਵਾਲੀ ਕੋਸ਼ਿਸ਼ ਕੀਤੀ ਹੈ, ਤੁਸੀਂ ਤਾਂ ਜੜ੍ਹਾਂ ਪੁੱਟਣ ਵਾਲੀਆਂ ਕੋਸ਼ਿਸ਼ਾਂ ਕਰਦੇ ਰਹੇ ਜੇ। ਅੱਜ ਜਦੋਂ ਤੁਹਾਡੇ ਅਗਲੇ ਬੰਨੇ ਸਵਾਲ ਸ਼ੁਰੂ ਹੋਏ ਹੈ, ਹਾਂਜੀ ਪਤਾ ਨਹੀਂ ਤੁਸੀਂ ਉਦੋਂ ਕਿਹਦੇ ਚੇਟੇ ਚੜ੍ਹੇ ਸੀਗੇ, ਹੁਣ ਤਾਂ ਚੜ੍ਹੇ ਰਹੇ ਜੇ, ਹੁਣ ਤਾਂ ਕੁਝ ਤੁਸੀਂ ਅਕਾਲੀ ਦਲ ਦੇ ਵਿਰੁੱਧ ਬੋਲਦੇ ਜੇ। ਜੇ ਹੋਰ ਕੋਈ ਪੰਥਕ ਪਾਰਟੀ ਹੈਗੀ ਹੈ ਬੇਸ਼ੱਕ ਉਹਦਾ ਸਮਰਥਨ ਕਰ ਦਿਓ, ਹਾਂਜੀ ਜਾਂ ਕੇਜਰੀਵਾਲ ਦਾ ਅੱਜ ਵਿਰੋਧ ਕਰੋ, ਭਗਵੰਤ ਮਾਨ ਦੀ ਕਰਤੂਤ ਦਾ, ਸੁਲਤਾਨਪੁਰ ਲੋਧੀ ਵਾਲੀ ਦਾ ਵਿਰੋਧ ਕਰੋ, ਫਿਰ ਹੀ ਪਤਾ ਲੱਗੂ ਹੈ ਨਾ ਤੁਸੀਂ ਪੰਥਕ ਜੀ।